के लो डंडा ले आओ डंडा एंटी है ना डंडा ले आओ बड़े दराहे जी देखो दो चोर फड़े ने मोबाइल ते चेना चूना जो भी खोंदे ने बाइक इन्हां तों फड़े पिछे एक्सीडेंट करके आए ने नाल इह देखो तुसी नाल पिछे एक्सीडेंट करके आए ने चोर आ दो चोर ने जी देखो आ दराहे फड़े ने जी चोर आ देखो गुरुद्वारा कलगीधर साहब दे सामने इह देखो जी तुसी आ दो चोर फड़े ने बाइक इन्हां दा इस बाइक ते सीगे इह पिछो ये मोबाइल खो गए किसी दा भजे ने इत्थे जाम होण करके फिर इह फड़े गए देखो आ तुसी कहड़ा पिंड आ सर गुरदित्तपुरा कह रहे जी अपना पिंड इह दोने जाणे पिछे किसी का मोबाइल चोरी करके भजे ने ते जाम होने करके इत्थे मूहरे फड़े गए इत्थे हुण देखो जी आ पुलिस भी पहुंच चुकी है इत्थे मौके ते पुलिस पंजाब पुलिस पहुंच आ देखो जी पहुंची हुण पंजाब पुलिस ते इन्हां नूं लै के जाणगे हुण अपना पिंड आ जिहड़ा इह गुरदित्तपुरा दस रहे जी मोटरसाइकिल पे ना रजे पे ने देखो दारू नाल रजे पे ने बंदे दा मोबाइल खोया जी इन्हां ने देखो मजदूर तारा नूं गया फिर ਮੋਬਾਇਲ ਲੈ ਕੇ ਭੱਜੇ ਨੇ ਵੀਰੇ ਇਹ ਕਿੱਥੋਂ ਇੱਥੋਂ ਪਿੱਛੋਂ ਸੀਲੋ ਵਾਲੇ ਤੋਂ ਮੂਹਰੇ ਲੈ ਕੇ ਭੱਜੇ ਨੇ ਉੱਥੋਂ ਮੁੜ ਕੇ ਫੇਰ ਆਏ ਨੇ ਇਹ ਮੂਹਰੇ ਜਾਮ ਹੋਣਾ ਹਾਂ ਮੂਹਰੇ ਜਾਮ ਸੀਗੇ ਇੱਥੇ ਆ ਕੇ ਡਿੱਗੇ ਨੇ ਜੀ ਠੀਕ ਆ ਪ੍ਰਵਾਸੀ ਨੇ ਏਐਸਆਈ ਮੋਹਨ ਲਾਲ ਕੋਲ ਇੱਕ ਬਿਆਨ ਲਿਖਾਇਆ ਸੀ ਵੀ ਉਹਦਾ ਮੋਬਾਈਲ ਜਿਹੜਾ ਹੈ ਦੋ ਬੰਦਿਆਂ ਨੇ ਖੋਹ ਲਿਆ ਨਾਲ ਦੀ ਨਾਲ ਏਐਸਆਈ ਮੋਹਨ ਲਾਲ ਨੇ ਮੁਸਤੈਦੀ ਦਿਖਾਉਂਦੇ ਉਹਨਾਂ ਨੂੰ ਜਿਹੜਾ ਸੀਗਾ ਮੋਬਾਈਲ ਖੋਹਣ ਵਾਲਿਆਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦਾ ਨਾਮ ਹਰਵਿੰਦਰ ਸਿੰਘ ਗੱਗੂ ਆ ਇੱਕ ਦਾ ਨਾਮ ਗੁਰਵੀਰ ਸਿੰਘ ਗੁਰੀ ਆ ਇਹ ਦੋਨੇ ਗੁਰਦਿੱਤਪੁਰਾ ਥਾਣਾ ਦਰਾਹੇ ਦੇ ਰਹਿਣ ਵਾਲੇ ਨੇ ਇਹਨਾਂ ਦੇ ਕੋਲ ਜਿਹੜਾ ਮੋਬਾਈਲ ਮਿਲਿਆ ਉਹ ਉਸੇ ਪ੍ਰਵਾਸੀ ਮਜ਼ਦੂਰ ਦਾ ਸੀ ਇਹਨਾਂ ਨੇ ਜਦੋਂ ਪੁੱਛਗਿੱਛ ਕੀਤੀ ਇਹਨਾਂ ਨੇ ਦੱਸਿਆ ਸੀ ਵੀ 8-10 ਮੋਬਾਈਲ ਜਿਹੜੇ ਆ ਹੋਰ ਖੋਏ ਨੇ ਜਿਹੜੇ ਉਹ ਖੋਏ ਹੋਏ ਮੋਬਾਈਲ ਨੇ ਇਹਨਾਂ ਨੇ ਮਿੰਟੂ ਨਾਮ ਦੇ ਵਿਅਕਤੀ ਨੂੰ ਭੇਜਤੇ ਸੀਗੇ ਜਿਹੜਾ ਢੰਡਾਰੀ ਕਲਾਂ 'ਚ ਰਹਿੰਦਾ ਮੱਕੜ ਕਲੋਨੀ 'ਚ ਅਸੀਂ ਉਹਨੂੰ ਨਾਮਜ਼ਦ ਕਰਕੇ ਉਹਨੂੰ ਅਰੈਸਟ ਕੀਤਾ ਉਹਦੇ ਕੋਲੋਂ 9 ਮੋਬਾਈਲ ਉਹਦੇ ਕੋਲੋਂ ਮਿਲ ਗਏ ਨੇ ਜਿਹੜੇ ਪਹਿਲਾਂ ਸਾਡੀਆਂ ਇੱਥੇ ਕੁਛ ਵਾਰਦਾਤਾਂ ਹੋਈਆਂ ਉਹ ਸਾਰੇ ਉਹਨਾਂ ਦੇ ਹੀ ਮੋਬਾਈਲ ਨੇ ਅਤੇ ਜਿਹੜਾ ਇੱਕ ਪਬਲਿਕ ਦੀ ਮਦਦ ਪਬਲਿਕ ਵੀ ਫੜਦੀ ਆ ਮਤਲਬ ਪਬਲਿਕ ਨੇ ਜਦੋਂ ਪੁਲਿਸ ਨੇ ਉਹਨੂੰ ਘੇਰ ਲਿਆ ਸੀ ਉੱਥੇ ਮੌਕੇ 'ਤੇ ਆ ਗਈ ਸੀ ਪਬਲਿਕ ਨੇ ਵੀ ਸਾਡਾ ਪੂਰਾ ਮਦਦ ਕੀਤੀ ਹੈ ਉਹਨੂੰ ਫੜਨ ਦੇ ਵਿੱਚ ਬੱਚੇ ਮੋਟਰਸਾਈਕਲ ਲਾ ਲਏ ਸੀ ਮੂਹਰੇ ਅਸੀਂ ਗੱਡੀ ਲਾ ਲਈ ਸੀ ਤਾਂ ਹੀ ਇਹਨਾਂ ਨੂੰ ਕਾਬੂ ਕੀਤਾ ਇਹਨਾਂ ਦੇ ਖਿਲਾਫ਼ ਕੋਈ ਰਿਮਾਂਡ ਵਗੈਰਾ ਜਾਂ ਹਾਂਜੀ ਅੱਜ ਇਹਨਾਂ ਦੋਨਾਂ ਦਾ ਰਿਮਾਂਡ ਲੈ ਲਿਆ 2 ਦਿਨ ਦਾ ਅਤੇ 2 ਮੁਕੱਦਮੇ ਦਰਜ ਕੀਤੇ ਦੋਨਾਂ 'ਚ ਇਹਨਾਂ ਦੀ ਅਰੈਸਟ ਪੈ ਚੁੱਕੀ ਹੈ ਹੋਰ ਕੋਈ ਬਰਾਮਦ ਕੁਛ ਹੋਇਆ ਨਹੀਂ ਜੀ ਟੋਟਲ 10 ਮੋਬਾਈਲ ਹੋ ਚੁੱਕੇ